हाँ भी मिस्त्रिया किथे के पहुंचे हैं वहाँ किथे काम ने बेड़ला यार होर भी ठेका फड़ना तू तो इतने महीना लाता चंगे मजदूर है यार सानू जुक्का मारी जाते यार। हाँ जी हाँ जी वह पहुंच गया भाई ठेकेदार को आप बस चलिया उ मकान से पहुंच गया मैं आने पता लग जाता भाई उन्होंने पता नहीं हले पे सेठ आदमी आए ना कोई उग ना कोई सुग मैं तो ना करता रबता जी और ठेकेदार मिल के सलाम वालेकुम भाई जान की हाल चाल भाई जान उची बोलो तुम दाने पाए मूंगे भाई दाने की अगे मिस्त्री ने तंग किया मिस्त्री ने भाई जान तुम कि तंग किया महीने का ठेका लिया लगा बीमार हों भाई अभी तो ता बड़ा ना सुनिया वा नक्शा कहने बनाया है ਭਾਈਆਂ ਤੁਹਾਡਾ ਆਪਣਾ ਮੂੰਹ ਜਿਹੜਾ ਨਕਸ਼ਾ ਸਮਝਾਉਣ ਵਾਲੀ ਛੋਟੀ ਅਰਗਾ ਤੇ ਤੁਸੀਂ ਨਕਸ਼ੇ ਕਿਹੜੇ ਬਣਾਉਣੇ ਆ ਭਾਈ ਜੀ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ ਉਹਨਾਂ ਨੇ ਤੇ ਛੱਡਤਾ ਹੀ ਲਵਾਰਸ ਕਰਕੇ ਅੱਛਾ ਫਿਰ ਤੁਹਾਨੂੰ ਪਤਾ ਠੇਕੇਦਾਰ ਅਸੀਂ ਆਮ ਠੇਕੇਦਾਰ ਚਲੋ ਭਾਜਨ ਤੁਹਾਡੇ ਨਾਲ ਜ਼ਰਾ ਸਾਨੂੰ ਕੰਮ ਆ ਸੇਠ ਸੌਗੀ ਵਾਲਾ ਬਕਲਮ ਖੁਦ ਤੁਹਾਡੇ ਕੋਲ ਆਪ ਆਇਆ ਵਾ ਆਪਣੇ ਕੰਮ ਵਾਸਤੇ ਤੇ ਆਇਓ ਜ਼ਰਾ ਫਿਰ ਬਹਿ ਕੇ ਆਪਣਾ ਕਰੀਏ ਗੱਲ ਤੇ ਆ ਚੀਜ਼ੇ ਚਾਹਵਾ ਦੋ ਮੱਤੀ ਪਾਉਣੀ ਕਿ ਸਾਈਡ ਤੇ ਰੱਖ ਦੇ ਨਹੀਂ ਜਿੱਦਾਂ ਮਰਜ਼ੀ ਭਾਈਆ ਨੇ ਮਹਿਮਾਨ ਨਾਲ ਯੋਗਤਾ ਨਹੀਂ ਕਰੀ ਦੀਆਂ ਹੁੰਦੀਆਂ ਨਹੀਂ ਮੈਂ ਕਿਹਾ ਸ਼ਾਇਦ ਉਹ ਇੱਥੇ ਭਾਈਆ ਨੇ ਥੱਲੇ ਭਾਈਆ ਨੂੰ ਕੋਈ ਨਹੀਂ ਸੀਟ ਸਾਹਿਬ ਅਸੀਂ ਮੈਂ ਉਹ ਕੋਈ ਨਹੀਂ ਲਾਸ਼ਾ ਪਾਉਣ ਨੂੰ ਰੱਖਿਆ ਉਹ ਭਾਈਆ ਨੇ ਭਾਈਆ ਨੂੰ ਕੋਈ ਨਹੀਂ ਖੈਰ ਬਾਜੀ ਅੱਲਾ ਦੇ ਫਜ਼ਲ ਦੇ ਨਾਲ ਨਾ ਅੱਲਾ ਨੇ ਆਪਾਂ ਨੂੰ ਜ਼ਮੀਨ ਜਾਇਦਾਦ ਬਹੁਤ ਦਿੱਤੀ ਹੈ ਤਕਰੀਬਨ ਕੋ 20 ਸਾਲ ਹੋ ਗਏ ਦੁਆਵਾਂ ਕਰਦਿਆਂ ਨੂੰ ਤੇ ਮਾਲਕਾ ਕੋ ਦੇ ਦੇ ਜਾਇਦਾਦ ਸਾਨੂੰ ਵੀ ਜ਼ਮੀਨ ਦੇ ਦੇ ਉਹ ਅਸੀਂ ਵੀ ਸੁੱਖ ਦੀ ਖਾ ਲਈਏ ਤੇ ਅੱਲਾ ਨੇ ਐਸਾ ਛੱਪੜ ਪਾੜਿਆ ਵਾ ਭਾਈਆਂ ਆਪਣਾ ਕਿੰਨਾ ਠੇਕਾ ਚੱਲ ਰਿਹਾ ਹੈ ਕੀ ਰੇਟ ਚੱਲ ਰਿਹਾ ਬਾਬਾ ਜੀ ਇੱਥੇ ਠੇਕੇ ਦਾ ਇਹ ਅਸੀਂ ਤੇ ਆ ਠੇਕਾ ਮੁੱਕਿਆ 250 ਰੁਪਇਆ ਅੱਛਾ ਜੀ ਤੁਸੀਂ ਚੌਧਰੀ ਆਦਮੀ ਹੋ ਬਾਜੀ ਚੌਧਰੀ ਅੱਲਾ ਨੇ ਬਣਾਤਾ ਵਾ ਤੇ ਆਪਣਾ ਜਿਹੜਾ ਜਗ੍ਹਾ ਹੈਗੀ ਆ ਨਾ ਜੀ ਉਹ ਹੈਗੀ ਆ ਜੀ ਮੇਨ ਰੋਡ ਤੇ ਤੇ ਆਪਾਂ ਅੱਲਾ ਚਾਹੇ ਖੈਰ ਆਪਾਂ ਬਣਾਉਣਾ ਪੂਰਾ ਫਾਰਮ ਹਾਊਸ ਹਾਂ ਅੱਲਾ ਦੇ ਹੁਕਮ ਦੇ ਨਾਲ ਹਾਂ ਬਸ ਜੀ ਅਸੀਂ ਬੜੀ ਦੇਰ ਕਿਰਾਇਆਂ 'ਤੇ ਕੱਟੀ ਆ ਹੁਣ ਅੱਲਾ ਨੇ ਸਾਨੂੰ ਆਪਣੀ ਜ਼ਮੀਨ ਦੇ ਦਿੱਤੀ ਆ ਅਤੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਹੁਣ ਜ਼ਰਾ ਆਲੀਸ਼ਾਨ ਤਰੀਕੇ ਨਾਲ ਬਣਾਈਏ ਉਹਨੂੰ ਭਾਈ ਜਾਨ ਜਗ੍ਹਾ ਆਪਣੀ ਮਾਸ਼ਾਅੱਲਾ ਬੜੀ ਆ ਲੇਕਿਨ ਰੱਬ ਦੀ ਜ਼ਾਤ ਨੇ ਸਾਨੂੰ ਦਿੱਤਾ ਵਾ ਅਤੇ ਅਸੀਂ ਚਾਹੁੰਦੇ ਹਾਂ ਕਿ ਅੱਛੇ ਤਰੀਕੇ ਨਾਲ ਉਹਨੂੰ ਬਣਾ ਲਈਏ ਜਗ੍ਹਾ ਕਿੰਨੀ ਕਿ ਤੁਸੀਂ ਉਸ ਹਿਸਾਬ ਨਾਲ ਸਾਨੂੰ ਸਮਝਾਓ ਨਾ ਭਾਈ ਜਾਨ ਤੁਸੀਂ ਪਾਣੀ ਮੰਗਾਇਆ ਹਾਲੇ ਤੱਕ ਪਾਣੀ ਨਹੀਂ ਆਇਆ ਪਾਣੀ ਪੀ ਪਾਣੀ ਲਿਆ ਸਿੱਧੇ ਪਾ ਪਾਣੀ ਪਾ ਕਿੱਥੇ ਨਾ ਪਾ ਵੀ ਪਿੱਛੇ ਭਾਈ ਜਾਨ ਜਗ੍ਹਾ ਆਪਣੇ ਕੋਲ ਪੂਰੀ ਮਾਸ਼ਾਅੱਲਾ ਇੱਕ ਮਰਲਾ ਜਗ੍ਹਾ ਵਾ ਇੱਕ ਮਰਲਾ ਹਾਂਜੀ ਭਾਈ ਜਾਨ ਪਾਣੀ ਵਾਪਸ ਵਾਪਸ ਲਾਇਆ ਭਾਈ ਜਾਨ ਕੀ ਹੋਇਆ ਵਾ ਇੱਕ ਮਰਲਾ ਕੀ ਮਾਸ਼ਾਅੱਲਾ ਇੰਨੀ ਜ਼ਮੀਨ ਅੱਲਾ ਨੇ ਦੇ ਦਿੱਤੀ ਆਪਾਂ ਨੂੰ ਮਰਲਾ ਉੱਥੇ ਆ ਇੱਥੇ ਨਹੀਂ ਮਰਲਾ ਕੀ ਕਹਿਣ ਦੀ ਚੌਧਰੀ ਤੋਂ ਐ ਬਣਨੇ ਆ ਜਿਵੇਂ ਪੂਰਾ ਮੁਰੱਬਾ ਦੇ ਜਿਵੇਂ ਆ ਭਾਈ ਧੱਕੇ ਕਿ ਨੂੰ ਮਾਰਦਾ ਤੈਨੂੰ ਪਤਾ ਪਿੰਡ ਚੱਲ ਚੌਧਰੀ ਹੋਊਗਾ ਘਰ ਹੋਊਗਾ ਪਿੰਡ 'ਚ ਆਪਣੀ ਬੜੀ ਲੈਗ ਲੈਗ ਆ ਅੱਲਾ ਦੇ ਬੰਦੇ ਆ ਸਮਝ ਗਏ ਤੇਰੀ ਉਹ ਭਾਈ ਜਾਨ ਮੈਂ ਕਿਹਾ ਪਤਾ ਨਹੀਂ ਕਿਹੜਾ ਬੈਠਣ ਬੈਠਣ ਨੂੰ ਤੇ ਕਿਹੜਾ ਤੁਸੀਂ ਵਾਰ ਮੈਂ ਦੁਕਾਨ ਖੋਲ ਭਾਈ ਜਾਨ ਬੈਠੋ ਸਹੀ ਬੈਗ ਬੈਠਣਾ ਕੀ ਆ ਕਿਹਦਾ ਤੋਂ ਮਰ ਰਹੇ ਆ ਕਿਦੋਂ ਆਏ ਮਰਲਾ ਪਲਾਟ ਤੂੰ ਐ ਕਹਿੰਦੇ ਬੈਠੋ ਤਾਂ ਸਹੀ ਭਾਈ ਜਾਨ ਆਜੋ ਬੈਠ ਕੇ ਕਰ ਦੇਗਾ ਗਰਮੀ ਨੇ ਠੇਕੇਦਾਰ ਸਾਹਿਬ ਬਹਿ ਕੇ ਕਰਦੇ ਗੱਲ ਬਹਿ ਕੇ ਕੀ ਮਰਲਾ ਪਲਾਟ 'ਚ ਕੀ ਕਰਨਾ ਤੋ ਕਹੀ ਨਾ ਤੋ ਸਵੀਮਿੰਗ ਪੂਲ ਬਣਾਉਣਾ ਆਪਣਾ ਅਸੀਂ ਹੈਗੇ ਮਾਸ਼ਾਅੱਲਾ ਕੋ 4-5 ਭਰਾ ਨਹੀਂ ਤੂੰ ਮਰਲੇ ਪਲਾਟ 'ਚ ਕਦੀ ਕਹਿੰਦਾ ਸਵੀਮਿੰਗ ਪੂਲ ਬਣਾ ਕਦੀ ਕਹਿੰਦਾ 3 ਮੰਜ਼ਲੀ ਬਣਾਉਣਾ ਭਾਈ ਜਾਨ ਅਸੀਂ ਹੈਗੇ 5-7 ਭਰਾ ਅਸੀਂ ਸਾਨੂੰ ਹੁਣ ਜ਼ਮੀਨ ਅੱਲਾ ਨੇ ਤਾਂ ਚਲੋ ਦੇ ਦਿੱਤੀ ਹੈ ਦੇ ਦਿੱਤੀ ਰੱਬ ਨੇ ਕੀ ਸੋਚ ਕੇ ਦਿੱਤੀ ਤੁਹਾਨੂੰ ਭਾਈ ਜਾਨ ਮਰਲਾ ਪਲਾਟ ਕੀ 5-7 ਭਰਾ ਮੈਨੂੰ ਸ਼ੁਕਰ ਹੀ ਨਹੀਂ ਹੋਈਦਾ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੈਗੇ ਠੇਕੇਦਾਰ ਨਹੀਂ ਠੇਕੇਦਾਰ ਤੇ ਹੈਗੇ ਆ ਸਵੀਮਿੰਗ ਪੂਲ 3 ਮੰਜ਼ਲੀ ਪਲਾਟ ਹੈ ਇਹਨੂੰ ਗੇਟ ਕੱਢ ਆਇਆ ਸਮਝ ਹੀ ਨਹੀਂ ਆਉਂਦੀ ਮੈਂ ਤੇ ਸੋ ਹੈਰਾਨ ਸੀ ਮੈਂ ਕਿਹਾ ਕਿੱਡਾ ਕੁ ਵੱਡਾ ਠੇਕਾ ਆਉਣ ਲੱਗਾ ਸਾਡੇ ਭਾਈ ਜਾਨ ਗੱਲ ਸੁਣੋ ਆਪਾਂ 3 ਕਮਰੇ ਥੱਲੇ ਬਣਾਉਣੇ ਆ ਤੇ 3 ਹੀ ਕਮਰੇ ਉੱਤੇ ਬਣਾਉਣੇ ਆ 3 ਉੱਤੇ ਕੀ ਉੱਤੇ ਤੁਸੀਂ ਕਿਰਾਏ ਤੇ ਦੇਣਾ ਭਾਈ ਜਾਨ ਕਿਰਾਏ ਤੇ ਨਹੀਂ ਤੁਹਾਨੂੰ ਦੱਸਿਆ 4-5 ਭਰਾ ਵਾਂ ਅਸੀਂ ਤੇ ਉਹਨੂੰ ਯਾਨੀ ਕਿ ਕੱਲੇ ਦਾ ਕਮਰਾ ਹਾਂਜੀ ਤੇ ਭਾਈ ਜਾਨ ਭਾਈਜਾਨ ਇੱਕ ਮਰਲੇ ਦੇ ਵਿੱਚ ਆਪਾਂ 6 ਕਮਰੇ ਬਣਾਉਣੇ ਆ 3 ਕਮਰੇ ਕਿੱਦਾਂ ਕੋਈ ਸਭ ਕੁਝ ਗਹਿਰਾ ਸੁਪਨਾ ਤੇ ਨਹੀਂ ਦੇਖ ਲਿਆ ਖੁਸ਼ੀ ਤੇ ਮੈਨੂੰ ਲੱਗਦਾ ਖੁਸ਼ੀ ਨਾਲ ਪਾਗਲ ਹੀ ਹੋ ਗਏ ਤੁਸੀਂ ਮਰਲਾ ਪਲਾਟ ਕੀ ਲੱਭ ਗਿਆ
एक मरला प्लाट दसने ते कमरे तुसी ऐ कहने जिवें 25 मरले प्लाट ले लिया भाई जान। देखो जी 20 साल ही दुआवां कीतियां अल्लाह दी, दुआवां की कीतियां तुसी भाई जान? देखो अल्लाह ने सानू ए दुआ मैं करदा ते रब नु मैं वापस दे देना सीगा भाई जान। मरला प्लाट को खुदा दा खौफ का बल्लेया खुदा दे, तू तू बिना 6 कमरे बनाने, तू 6 बाथरूम बना देना तेनू। चलो भाई जान मैं उथे पायो की रोड ते प्लाट मेरा मैं बाथरूम कारोबार करना। मैं 6 कमरे तुसी कहने, तुसी ते ऐ कहने जिवें 27 मरला दा प्लाट अपने को है वह कुछ 4 ट्रैक्टर वह भी आप खिलारने गराज बनाना जरा खुला जी। तुसी की कहना की चाह रहे हो? मैं कहना चाह रहा मरला प्लाट तुहानू रब ने देता वा, हुण तुसी खपा रहे आवाम नू। नहीं भाई जान मरला प्लाट अल्लाह ने दिता ना सानू, मैं चाहना वा कि असी उहदे च आलीशान तरीके दे नाल रहिए। उते आलीशान नहीं तुसी रह सकदे, बालीशान हो सकदे भाई जान। बालीशान की तुहानू कह रहे? नहीं तुसी मरले च की कोई मिल लादा, तुसी वड्डा ही सिस्टम करना चाह रहे हो भाई जान। थले क्लब भी बनाना तुसी? नहीं भाई मैं कह शायद बिलियट दा शौक होवे ता। नहीं क्लब असी की प्लाट कारोबार ले मंगया सी भाजी। तुसी मरले दा प्लाट आ को खुदा दा खौफ खाओ। ओ भाई जान थले बनाना ते बेसमेंट रखे मगरो लाए ने चौधरी साहब? हां जी भाई जान साडे मगरो भी लवो फिर भाई। की होया जे मरले दा प्लाट बड़ा नाम सुनया वा? ना ते सुनया वा तू, तेरा ते असी भी नहीं सुनया ते तू आ गया साडे को भाई जान। गल है की है कि मरला प्लाट आ पल्ले ना ਉਹਦੇ ਵਿੱਚ ਆਪਾਂ ਇਹ ਸਾਰਾ ਕੁਛ ਬਣਾਉਣਾ। ਉਹਦੇ ਵਿੱਚ ਨਾ ਬਣਾਓ, ਕਿਤੇ ਬਣਦਾ ਦੇਖ ਲਓ ਤੁਸੀਂ, ਇਹ ਕੰਮ ਛੱਡ ਦਿਓ ਮਰਲੇ ਸੋਚੋ ਨਾ, ਕਿਤੇ ਬਣਦਾ ਉੱਥੇ ਵੇਖ ਲਓ ਬਸ, ਤਸੱਲੀ ਦੇ ਦਿਓ ਆਪਣੇ ਆਪ ਨੂੰ ਕਿ ਬਣਦਾ ਵੇਖ ਲਿਆ ਆਪਾਂ। ਭਾਈ ਜਾਨ ਇਹ ਕਿਹੜੀ ਗੱਲ ਕਰ ਰਹੇ? ਅੱਲਾਹ ਨੇ ਸਾਨੂੰ ਜ਼ਮੀਨ ਜਾਇਦਾਦ ਦਾ ਮਾਲਕ ਬਣਾਤਾ ਵਾ, ਹੁਣ ਅਸੀਂ ਤੁਹਾਨੂੰ ਤੁਹਾਡੀਆਂ ਗੱਲਾਂ ਸੁਣਨੀਆਂ। ਮੈਂ ਕਿਹਾ ਤੂੰ ਕਬਜ਼ਾ ਨਾ ਕਰ ਲੈ, ਕੋਈ ਬੰਦੇ ਛੱਡੋ ਤੇ 5-6 ਤੁਸੀਂ ਭਾਈ। ਮਰਲਾ ਪਲਾਟ ਦਾ ਕੀ ਸੋਚ ਕੇ ਤੁਸੀਂ ਆਏ ਮੇਰੇ ਕੋਲ? ਭਾਈ ਕੀ ਹੋਇਆ ਜੀ, ਮਰਲਾ ਪਲਾਟ ਥਾਂ ਨਹੀਂ ਹੁੰਦੀ? ਨਹੀਂ ਗੱਲ ਸੁਣੋ ਮੇਰੀ ਭਾਈ ਜਾਨ, ਤੰਗ ਨਾ ਤੁਸੀਂ ਬਹੁਤਾ ਹੋਵੋ, ਤੇ ਤੁਸੀਂ ਇੱਦਾਂ ਕਰੋ ਕਿ ਆਪਣਾ 4 ਦੁਕਾਨਾਂ ਉਹਦੇ ਉਰਲੇ ਪਾਸੇ ਛੱਡ ਦੇਣੀਆਂ ਵਾ। 4 ਤੁਸੀਂ ਅੱਜ ਜਿਹੜੀਆਂ ਤੁਸੀਂ ਛੱਡਣੇ ਨਾ ਮੁੜ ਜਾਓ। ਰੌਲਾ ਇਹ ਆ ਕਿ ਆਪਾਂ 3-4 ਦੁਕਾਨਾਂ ਜਿਹੜੀਆਂ ਨਾ ਉਹਦੇ ਉਰਲੇ ਪਾਸੇ ਛੱਡ ਦੇਣੀਆਂ ਵਾ। ਤੇ ਛੱਡ ਦਿਓ ਉਹਨਾਂ ਨੂੰ ਭਾਈ, ਉਹਨਾਂ ਦੇ ਹਾਲ ਤੇ ਛੱਡ ਦਿਓ ਭਾਈ ਜਾਨ। ਗੱਲ ਹੈਗੀ ਇਹ ਕਿ ਤੁਸੀਂ ਦੱਸੋ ਕਿ ਤੁਸੀਂ ਇਹ ਬਣਾਉਣਾ ਜਾਂ ਨਹੀਂ? ਨਹੀਂ ਬਣਾਉਣਾ ਕੀ, ਤੁਸੀਂ ਤੇ ਐਂ ਕਹਿੰਦੇ ਨਾ ਸੁਣਿਆ। ਮੈਂ ਕਿਹਾ ਤੂੰ ਵੱਡਾ ਹੀ ਚੌਧਰੀ ਆ ਗਿਆ ਭਾਈ, ਨਾਲੇ ਅਸੀਂ ਐਡਾ ਵੱਡਾ ਠੇਕਾ ਨਹੀਂ ਲਈਦਾ, ਮਾੜੇ ਤੁਹਾਡੇ ਬੰਦੇ ਤੁਹਾਨੂੰ ਤੁਸੀਂ ਦੇਖ ਹੀ ਲਿਆਉਣਾ ਸਿਲਾਈ ਆ ਲਾਇਆ। ਉਹ ਤਾਂ ਮੈਂ ਭਾਈ ਜਾਨ, ਹੁਣ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਇਹ ਪਲਾਟ ਸਾਡਾ ਭਾਈ, ਇਹ ਸਾਡੇ ਸਮਝੋ ਠੇਕਾ ਵੱਡਾ ਬਹੁਤ ਹੈ। ਅੱਛਾ, ਉਹ ਸਾਹਮਣੇ ਪਲਾਟ ਦੇਖ ਰਹੇ ਹੋ 5 ਮਰਲੇ ਦਾ, ਅਸੀਂ ਏਦਾਂ ਦੇ ਠੇਕੇ ਲੈ ਰਹੇ ਹਾਂ, ਅਸੀਂ ਵੱਡੇ ਪਲਾਟਾਂ ਦੇ ਠੇਕੇ ਨਹੀਂ ਲਈਦੇ ਭਾਈ ਜਾਨ। ਦੇਖ ਲਓ ਕਿ ਹੁਣ ਤੁਹਾਡੇ ਅੱਲਾ ਨੇ ਜ਼ਿੰਦਗੀ 'ਚ ਵੱਡਾ ਇੱਕ ਕੰਮ ਲਿਖ ਦਿੱਤਾ ਵਾ, ਹੁਣ ਤੁਸੀਂ ਦੌੜ ਜਾਓ। ਦੌੜ ਨਹੀਂ ਭਾਈ, 4 ਦੁਕਾਨਾਂ ਤੋਂ ਚਲੋ ਵਾਸ਼ਰੂਮ ਤੇ ਬੰਦਾ ਬਣਾ ਦਿੰਦਾ ਵੇ 4-5, ਅੱਜ ਦੁਕਾਨਾਂ ਕਿੱਦਾਂ ਨੂੰ ਬਣਾ ਦਈਏ ਦੱਸੋ ਭਾਈ ਜਾਨ। ਦੇਖੋ ਨੁੱਕਰ ਦਾ ਪਲਾਟ ਆ, ਉਹਦੀ ਇੱਧਰਲੀ ਸਾਈਡ ਤੇ ਤੁਸੀਂ 4 ਦੁਕਾਨਾਂ ਛੱਡ ਦੇਣੀਆਂ ਵਾ, ਇੱਕ ਗੇਟ ਤੁਸੀਂ ਪਿਛਲੇ ਪਾਸੇ ਲਾ ਦੇਣਾ ਵਾ ਤੇ ਇੱਕ ਗੇਟ ਉਰਲੇ ਪਾਸੇ ਲਾ ਦੇਣਾ। ਹੋਰ ਤਾਂ ਨਹੀਂ ਕਿੱਥੇ ਲਵਾਉਣਾ ਗੇਟ ਭਾਈ ਜਾਨ? ਬਹੁਤ ਹੈ, ਮੈਂ ਕਹਿੰਦਾ ਗੇਟ ਹੀ ਲਵਾ ਲਓ ਚਾਰੇ ਪਾਸੇ ਭਾਈ। ਕੀ ਹੋਇਆ ਜੇ? ਨਹੀਂ ਗੇਟ 2, ਇੱਕ ਮਰਲੇ ਦਾ ਪਲਾਟ ਭਾਈ ਚੌਧਰੀ ਸਾਹਿਬ, ਉਹਨੂੰ 2 ਗੇਟ ਲਵਾਉਣੇ, ਮੈਂ ਕਹਿੰਦਾ ਉਹਨੂੰ ਚਾਰੋਂ ਪਾਸੋਂ ਗੇਟ ਹੀ ਲਵਾ ਲਓ ਭਾਈ ਜਾਨ। ਕੀ ਅਸੀਂ ਬੰਦੇ ਬਾਹਰ ਨੇ ਕੱਢਣੇ ਹੁੰਦੇ ਆ? ਨਹੀਂ ਤੁਸੀਂ ਗੇਟ ਹੀ ਲਵਾ ਲਓ ਹਰ ਪਾਸੇ। ਅਸੀਂ ਚੌਰੀਆਂ ਕਿ ਮਹੱਲੇ ਦੇ ਕੰਜਰ ਆ ਭਾਈ ਜਾਨ, ਤੁਸੀਂ ਸਾਨੂੰ ਗੱਲਾਂ ਤੁਸੀਂ ਐਂ ਕਰਨੇ ਆ, ਪਤਾ ਨਹੀਂ ਜਿਵੇਂ ਖਤਰਨਾਕ ਪਲਾਟ ਹੀ ਲੈ ਲਿਆ। ਤੂੰ ਕਦੇ ਪਿੰਡ ਆਏ ਨਾ ਸਾਡਾ ਨਾਮ ਲਵੇਂਗਾ। ਕੀ ਨਾਮ ਤੁਹਾਡਾ? ਅਸੀਂ ਪੀਪੀਆਂ ਵਾਲਾ। ਚਲੋ ਨਹੀਂ, ਤੈਨੂੰ ਖਜੂਰੀ ਕਹਿੰਦੇ ਆ? ਓ ਭਾਈ ਯਾਰ, ਨਹੀਂ ਨਹੀਂ, ਤੈਨੂੰ ਪਿੰਡ ਆ ਕੇ ਨਾਂ ਲੈਣਾ, ਤੂੰ ਨੂਰੀ ਐ ਭਾਈ। ਤੇਰਾ ਕੀ ਕਬਜ਼ਾ ਵਾ? ਤੂੰ ਪਲਾਟ ਬਣਾਉਣਾ ਵਾ? ਪਲਾਟ ਤੂੰ ਪਿੰਡ 'ਚ ਨਾ ਆ ਕੇ ਨਾਮ, ਤੂੰ ਸ਼ੇਖੂਪੁਰਾ ਬਦਮਾਸ਼ ਮਾਰਿਆ ਤੂੰ ਭਾਈ। ਤੂੰ ਪਲਾਟ ਨਹੀਂ, ਬਦਮਾਸ਼ ਮਾਰਿਆ ਤੂੰ ਪਲਾਟ ਸਾਡਾ, ਦੱਸ ਕੇ ਤੂੰ ਬਣਾਉਣਾ ਜਾਂ ਨਹੀਂ? ਭਾਜੀ ਸਾਡੇ ਵੱਲੋਂ ਨਾ ਵਾ ਭਾਈ ਜਾਨ, ਤੁਸੀਂ ਯਾਨੀ ਜ਼ਿੰਦਗੀ 'ਚ ਕੋਈ ਵੱਡਾ ਕੰਮ ਨਹੀਂ? ਅਸੀਂ ਜਿਕਸ ਲਈਦਾ ਨਹੀਂ ਆਪਣੇ ਤੋਂ ਵੱਡਾ, 3 ਮਰਲੇ, 5 ਮਰਲੇ ਜਾਂ ਵੱਧ ਤੋਂ ਵੱਧ 12, ਐਡਾ ਵੱਡਾ ਪਲਾਟ ਸਾਡੀ ਸਮਝੋ ਬਾਹਰ। ਅੱਛਾ, ਜੇ ਨਹੀਂ ਸਾਨੂੰ ਕੋਈ ਹੋਰ ਬੰਦਾ ਕੋਈ ਠੇਕੇਦਾਰ ਮੱਥੇ ਲਵਾ ਦਿਓ, ਤੁਹਾਡੇ ਮੱਥੇ ਕੰਧ 'ਚ ਲਵਾਉਣੇ ਪੈਣੇ ਫੜ ਕੇ ਕੋਈ। ਭਾਈ ਜਾਨ ਕੀ ਹੋਇਆ ਜੀ, ਤੁਹਾਨੂੰ ਕਿਹਾ ਕਿ ਸਾਨੂੰ ਕੋਈ ਮੱਥਾ ਲਵਾ ਦਿਓ ਮਾੜਾ ਜਿਹਾ ਕਿਸੇ ਠੇਕੇਦਾਰ ਦਾ, ਤਾਂ ਕਿ ਅਸੀਂ ਆਪਣਾ ਪਲਾਟ ਜਿਹੜਾ ਸਟਾਰਟ ਕਰਵਾ ਲਈਏ। ਸਾਡੇ ਵਰਗੇ ਚੌਧਰੀ ਦੀ ਵੱਡੀ ਪੰਚਾਇਤ 'ਚ ਗਹਿ ਰਹੇ ਹੁੰਦੇ ਆ, ਸਾਡੇ ਸਮਝੋ ਬਾਹਰ। ਭਾਈ ਜਾਨ ਤੁਸੀਂ ਸਾਡੇ ਸਮਝੋ ਬਾਹਰ। ਨਹੀਂ ਇਹ ਕਿਹੜੀ ਗੱਲ ਹੋਈ? ਨਹੀਂ ਮਰਲਾ ਪਲਾਟ ਯਾਰ, ਤੂੰ ਕੀ ਸੋਚਿਆ ਕਿ ਮੈਂ ਹੁਣ ਮਰਲਾ ਪਲਾਟ ਲੈ ਲਿਆ ਵਾ, ਉੱਤੇ 6 ਕਮਰੇ ਬਣਾਵਾਂ, ਕੀ ਸੋਚਿਆ? ਭਾਈ ਜਾਨ ਅੱਲਾ ਦਾ ਸ਼ੁਕਰ ਅਦਾ ਕਰ, ਪਹਿਲਾਂ ਹੀ ਸੋਚਿਆ ਸੀ ਕਿ ਹੁਣ ਮਿਲਣ ਤੋਂ ਬਾਅਦ ਤੁਹਾਨੂੰ ਇਹ ਜ਼ਹਿਨ ਲੜਾਇਆ। ਭਾਈ ਜਾਨ ਅੱਲਾ ਦੇ ਸ਼ੁਕਰ ਨਾਲ ਪਹਿਲਾਂ ਹੀ ਸੋਚਿਆ ਹੋਇਆ ਸੀ ਕਿ ਤੁਸੀਂ ਤੇ ਤਾਂ ਤੂੰ ਮਿਲਿਆ ਵੀ ਤੇ ਤੁਹਾਨੂੰ ਮਰਲਾ ਗਈ ਆ, ਤੁਸੀਂ ਸੋਚਿਆ ਗਲਤ ਆ ਭਾਈ। ਹੁਣ ਕੀ ਦੁਬਾਰਾ 20 ਸਾਲ ਸੋਚਣ ਤੇ ਲਾ ਦਈਏ? ਦੁਬਾਰਾ ਸੋਚੋ ਪਹਿਲਾਂ, ਫਿਰ ਉਹਨੂੰ ਮੰਗਿਓ ਰੱਬ ਕੋ, 20 ਕਮਰਲੇ ਦਾ ਮੰਗੋ, ਮੰਗਣਾ ਵੀ ਤਾਂ ਤੁਸੀਂ ਛੇਕ ਤੇ ਨਹੀਂ ਤੁਸੀਂ? ਆਪਾਂ ਭਾਈ ਜਾਨ ਛੇਕ ਦੀ ਗੱਲ ਨਹੀਂ ਹੈਗੀ, ਮਰਲਾ ਕੀ ਮੰਗਿਆ ਤੁਸੀਂ?
कोठी बना लेना कोठी नी तुसी कहो चार दीवारी बना लेना भाई चार दीवारी की डंगर डगने पूरा कब्रिस्तान बना लो राम।